ਅਸਲਾਮੁਅਲੈਕਮ ਕੀ ਹਾਲ ਹੈ ਜੀ ਦੋਸਤਾਂ ਦਾ ਠੀਕ ਠਾਕ ਡਿਜੀਟਲ ਟਰੈਕਟਰ YouTube ਚੈਨਲ ਤੇ ਖੁਸ਼ ਆਮਦੀਦ ਅੱਜ ਦੀ ਵੀਡੀਓ ਤੁਹਾਨੂੰ ਕੁਝ ਦਿਖਾਣੇ ਆ ਟਰੈਕਟਰਾਂ ਦੇ ਪਾਰਟਸ ਕਿਹ ਹੈ ਜਿਹੜੀ ਇਹ ਕੰਡੀਸ਼ਨ ਹੈ ਇਹ ਮਾਰਕੀਟ ਦੇ ਵਿੱਚ ਸਾਨੂੰ ਨਾਕਸ ਮਟੀਰੀਅਲ ਦੇ ਰਹੇ ਨੇ ਤੇ ਕੀਮਤਾਂ ਇਹਨਾਂ ਨੂੰ ਪੁੱਛ ਲਓ ਹਰ ਮਹੀਨੇ ਕਹਿੰਦੇ ਕੀਮਤਾਂ ਵਧਾਈ ਜਾਓ ਕੀਮਤਾਂ ਜਿਹੜੀਆਂ ਇਹਨਾਂ ਦੀ ਅਸਮਾਨ ਤੇ ਪਹੁੰਚ ਗਈਆਂ ਲੇਕਿਨ ਮਟੀਰੀਅਲ ਜਿਹੜਾ ਸਾਨੂੰ ਬਹੁਤ ਨਾਕਸ ਦੇ ਰਹੇ ਨੇ ਅਜ ਦਿਨ ਕਿਤੇ ਨਾ ਕਿਤੇ ਹਾਦਸਾ ਹੋ ਜਾਂਦਾ ਟਰੈਕਟਰਾਂ ਦੇ ਦੋ ਦੋ ਪਾਰਟਸ ਹੋ ਜਾਂਦੇ ਨੇ ਟੁੱਟੇ ਹੋ ਜਾਂਦੇ ਨੇ ਲੇਕਿਨ ਇਹਨਾਂ ਨੂੰ ਆਪਣੇ ਕੰਮ ਦੇ ਨਾਲ ਆਪਣਾ ਪੈਸਾ ਕਮਾਉਣ ਦੇ ਨਾਲ ਇਹਨਾਂ ਨੂੰ ਕਿਸਾਨਾਂ ਦਾ ਕੋਈ ਫਿਕਰ ਨਹੀਂ ਕਿ ਅਗਰ ਅਸੀਂ ਇਹਨਾਂ ਨੂੰ ਚੰਗਾ ਮਟੀਰੀਅਲ ਦਾਂਗੇ ਉਹਨਾਂ ਦਾ ਵੀ ਕੋਈ ਫਾਇਦਾ ਹੋ ਜੇ ਕੀਮਤਾਂ ਵਧਾਉਣ ਤੋਂ ਇਲਾਵਾ ਇਹਨਾਂ ਨੂੰ ਕੋਈ ਦੂਸਰਾ ਕੰਮ ਨਹੀਂ ਹੈਗਾ ਮਾਰਕੀਟ ਦੇ ਵਿੱਚ ਲੈਣਦੇ ਨੇ ਟਰੈਕਟਰ ਲੇਕਿਨ ਧੜਾ ਧੜ ਬਣਾਈ ਜਾਂਦੇ ਨੇ ਦੋ ਨੰਬਰ ਮਟੀਰੀਅਲ ਲਾ ਗਿਆ ਤੁਸੀਂ ਦੇਖ ਰਹੇ ਜੀ ਟਰੈਕਟਰਾਂ ਦੇ ਦਰਮਿਆਨ ਚ ਦੋ ਦੋ ਹਿੱਸੇ ਹੋ ਜਾਂਦੇ ਨੇ ਅਗਰ ਇਹਨਾਂ ਕੋ ਕੋਈ ਮਸਲਾ ਲੈ ਕੇ ਜਾਵੇ ਇਨਾਂ ਦਾ ਪਹਿਲਾ ਇਸ਼ੂ ਇਹ ਹੀ ਹੁੰਦਾ ਕਿ ਤੁਸੀਂ ਜ਼ਿਆਦਾ ਲੋਡ ਇੱਤੇ ਪਾ ਲਿਆ ਆਖਰ ਜਿੰਨੇ ਇੰਨੇ ਪੈਸੇ ਖਰਚਨੇ ਆ ਉਹਨੇ ਉਹਨੂੰ ਵਿਹਲਾ ਤੇ ਨਹੀਂ ਖਿਲਾਰਨਾ ਉਹਤੇ ਵਜ਼ਨ ਤੇ ਪਾਣਾ ਹੀ ਆ ਲੇਕਿਨ ਸਾਡੀ ਰਿਕਵੈਸਟ ਆ ਇਨਾਂ ਡੀਲਰਾਂ ਅਗੇ ਦੀਰਾਂ ਅਗੇ ਕਾਦੀ ਜਿਹੜੀ ਮਾਰਕੀਟ ਚ ਬਣਾ ਰਹੇ ਨੇ ਫੈਕਟਰੀ ਵਾਲੇ ਇਹਨਾਂ ਨੂੰ ਖੁਦਾ ਦਾ ਖੋਫ ਕਰੋ ਕਿਸਾਨਾਂ ਦਾ ਕੁਝ ਖਿਆਲ ਕਰੋ ਇੰਨਾ ਪੈਸਾ ਲਾ ਕੇ ਵਿਚਾਰੇ ਗੱਡੀ ਪਤਾ ਨਹੀਂ ਕਿਦਾਂ ਪੈਸੇ ਇਕੱਠੇ ਕਰਕੇ ਲੈਂਦੇ ਨੇ ਤੇ ਦੋ ਦੋ ਹਿੱਸੇ ਹੋ ਜਾਂਦੀ ਟੁੱਟ ਜਾਂਦੀ ਉਹਨਾਂ ਦਾ ਇੱਕ ਤਾਂ ਪੈਸਾ ਜਾਂਦਾ ਦੂਜਾ ਉਹਨਾਂ ਦੀ ਜਾਨ ਵੀ ਜਾਂਦੀ ਆ ਤੇ ਖਦਾਰਾ ਇਹ ਕੰਪਨੀ ਖੁਦਾ ਦਾ ਕੁਝ ਖੋਫ ਕਰੇ ਤੇ ਕੋਈ ਚੰਗਾ ਮਟੀਰੀਅਲ ਲਾਵੇ ਕੋ ਬਿਹਤਰੀ ਲਿਆਵੇ ਪੈਸੇ ਦੀ ਕਿੱਥੋਂ ਟਰੈਕਟਰਾਂ ਦੀਆਂ ਕੀਮਤਾਂ ਸੀ ਕਿੱਥੇ ਜਾ ਕੇ ਪਹੁੰਚ ਗਈਆਂ ਇਹਨਾਂ ਨੂੰ ਪੁੱਛ ਲਓ ਇਹਨਾਂ ਕਹਿੰਦਾ ਪਾਰਟਸ ਬਹੁਤ ਮਹਿੰਗੇ ਹੋ ਗਏ ਨੇ ਤੇ ਪਾਰਟਸ ਮਹਿੰਗੇ ਹੋ ਗਏ ਨੇ ਤੇ ਚ ਕੋ ਬਿਹਤਰੀ ਵੀ ਲਾਓ ਨਾ ਨਹੀਂ ਤਾਂ ਪਾਰਟਸ ਨਾ ਨਾ ਮਹਿੰਗੇ ਕਰੀ ਜਾਓ ਕਿਸਾਨ ਦਾ ਕੁਝ ਤੇ ਖਿਆਲ ਕਰੋ ਹਰ ਬੰਦੇ ਕਿਸਾਨ ਨੂੰ ਮਾਰਨ ਤੇ ਤੁੱਲਿਆ ਹੋਇਆ ਹੈ ਕੰਪਨੀਆਂ ਤੇ ਡੀਲਰ ਤੇ ਦੂਸਰੇ ਤੀਸਰੇ ਹਰ ਬੰਦਾ ਸਾਡੀ ਰਿਕੁਐਸਟ ਹੈ ਗਵਰਨਮੈਂਟ ਅਗੇ ਡੀਲਰਾਂ ਅਗੇ ਕੰਪਨੀਆਂ ਅਗੇ ਕਿ ਅੱਛਾ ਮਟੀਰੀਅਲ ਲਾਓ ਕਿਸਾਨ ਦਾ ਕੁਝ ਤੇ ਫਾਇਦਾ ਕਰੋ ਬਹੁਤ ਗਰੀਬ ਹੈ ਕਿਸਾਨ ਪਹਿਲੇ ਹੀ